ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਮਹੱਤਵਪੂਰਨ ਪ੍ਰੋਗਰਾਮ ਹੈ ਸਾਰੇ ਵਿਦਿਆਰਥੀ ਇਹ ਨੋਟ ਕਰ ਲੈਣ ਕਿ ਪੰਜਾਬ ਸਰਕਾਰ ਤੋਂ ਲਾਇਸੈਂਸ ਸ਼ੁਦਾ ਕੰਸਲਟੈਂਟ ਤੋਂ ਬਿਨਾ ਕਿਸੇ ਤੋਂ ਛਲਾ ਨਹੀਂ ਲੈਣੀ ਕਿਸੇ ਨੂੰ ਪੈਸੇ ਨਹੀਂ ਫੜਾਉਣੇ ਪਰ ਕਾਲਜ ਦੇ ਖਾਤੇ ਦੀ ਫੀਸ ਜਮ੍ਹਾਂ ਕਰਾਉਣੀ ਹੈ ਇਹੀ ਸਨੇਹਾ ਤੀਰਤ ਸਿੰਘ ਪਨੇਕਲ ਹਮੇਸ਼ਾ ਸਾਨੂੰ ਦੰਦੇ ਨੇ ਜਿਹੜੇ ਬਾਦਸ਼ਾਹ ਰਿਫਿਊਜ਼ਲ ਨੂੰ ਪੀਪੀਆਰ ਚ ਧਵਾਉਣ ਦੇ ਬਹੁਤ ਵੱਡਾ ਸਕਸੈਸ ਰੇਟ ਹੈ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ ਜਿਹੜਾ ਤੀਰਤ ਸਿੰਘ ਜੀ ਨਾਲ ਸਾਂਝਾ ਕਰਨਾ ਵਿਸ਼ਾ ਇਹ ਹੈ ਕਿ ਅਪ੍ਰੈਲ ਚ ਇਸ ਮਹੀਨੇ ਚ ਮਈੰਟੇਕ ਦੇ ਸਾਰੇ ਰਿਜ਼ਲਟ ਆ ਜਾਣਗੇ ਫਰਵਰੀ ਵਾਲੇ ਜਿਨ੍ਹਾਂ ਨੇ ਅਪਲਾਈ ਕੀਤੇ ਨੇ ਕੀ ਉਹ ਉਮੀਦ ਰੱਖਣ ਮਾਰਚ ਵਾਲੇ ਉਮੀਦ ਰੱਖਣ ਤੇ ਜਿਨ੍ਹਾਂ ਦੇ ਰਿਜ਼ਲਟ ਨਹੀਂ ਆਉਂਦੇ ਉਹ ਹੁਣੇ ਤੋਂ ਦਿਮਾਗੀ ਤੌਰ ਤੇ ਕਿਹੋ ਜੀ ਯੋਜਨਾ ਬਣਾਉਣ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹ ਵਿਸ਼ਾ ਬੜਾ ਮਹੱਤਵਪੂਰਨ ਹੈ ਤਿਰਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤਿਰਜ ਜੀ ਜਿਵੇਂ ਤੁਸੀਂ ਅਕਸਰ ਕਰਦੇ ਹੋ ਜ਼ਿਕਰ ਕਰਦੇ ਹੋ ਕਿ ਪੈਂਡਿੰਗ ਫਾਈਲਾਂ ਪਈਆਂ ਨੇ ਨਿਕਲ ਵੀ ਰਹੀਆਂ ਨੇ ਪਰ ਪਈਆਂ ਨੇ ਪਰ ਪਿਛਲੇ ਸਮਿਆਂ 'ਚ ਅਸੀਂ ਦੇਖਿਆ ਟ੍ਰੈਂਡ ਕਿ ਫਰੈਸ਼ ਫਾਈਲ ਲੋਜ ਹੁੰਦੀ ਸੀ ਤੇ ਉਹਨਾਂ ਦੇ ਰਿਜ਼ਲਟ ਕੰਪੈਰੀਟਿਵਲੀ ਆਏ ਪੈਂਡਿੰਗ ਫਾਈਲਾਂ ਦੇ ਮੁਕਾਬਲੇ ਪਰ ਹੁਣ ਅੱਜ ਦੀਆਂ ਸਟਿਟੀਆਂ 'ਚ ਮਈ ਇਨਟੇਕ ਤੁਹਾਨੂੰ ਅਪ੍ਰੈਲ 'ਚ ਰਿਜ਼ਲਟ ਦੇ ਰੂਪ 'ਚ ਨਜ਼ਰ ਆਉਂਦਾ ਹੈ ਫਰਵਰੀ ਮਾਰਚ ਵਾਲਿਆਂ ਦਾ ਰਿਜ਼ਲਟ ਆ ਜਾਏਗਾ ਜਿੰਨਾ ਦੇ ਨਹੀਂ ਹੋਣਗੇ ਉਹ ਕੀ ਕਰਨ ਮੈਂ ਚਾਹੂੰਗਾ ਇੱਕੋ ਵਾਰੀ ਸਾਰੇ ਵਿਸਥਾਰ ਚ ਦੱਸੋ ਆ ਤੇ ਬਿਲਕੁਲ ਸਰ ਅਸੀਂ ਨਾ ਅੱਜ ਦੀ ਡੇਟ ਦੇ ਵਿੱਚ ਹਰ ਬੱਚੇ ਦਾ ਸਵਾਲ ਵੀ ਇਹੀ ਹੈ ਜਿੰਨੀਆਂ ਮਾਜੀ ਗੱਲਾਂ ਕਰ ਲਈ ਬੱਚਾ ਇਹੀ ਸੁਨਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਥੈਂਕ ਯੂ ਕਰਨਾ ਚਾਹੂੰਗਾ ਕਿ ਜਿੰਨਾ ਵੀ ਬੱਚਿਆਂ ਨੇ ਵੀਜ਼ਾ ਸਾਡੇ ਤੋਂ ਰਿਸੀਵ ਹੋਇਆ ਕਿ ਬਹੁਤ ਉਮੀਦਾਂ ਨਾਲ ਆਏ ਸੀ ਤੇ ਵਾਈ ਗੁਰੂ ਦਾ ਸਾਡੇ ਕੋਲ ਬਹੁਤ ਤਿਆਦ ਲੋ ਸ਼ੁਕਰਾਨਾ ਕਿ ਉਹਨਾਂ ਬੱਚਿਆਂ ਦਾ ਵੀਜ਼ਾ ਆਇਆ ਸੋ ਮੈਂ ਦੁਬਾਰਾ ਸ਼ੁਤ ਦਾਜ਼ਮਾ ਹਾਂ ਵੀ ਡੱਲਾ ਸਰ ਬਹੁਤ ਮਾਣ ਕਰਦੇ ਬੱਚਾ ਬਹੁਤ ਪਿਆਰ ਕਰਦੇ ਆ ਬਟ ਸਾਡੇ ਵੱਲੋਂ ਕਦੀ ਵੀ ਵੀਜ਼ਾ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਹਾਂ ਵੀਜ਼ਾ ਸਕਸੈਸ ਦਾ ਨੰਬਰ ਬਹੁਤ ਵੱਡਾ ਹੈਗਾ ਬਟ ਮੇਰਾ ਹਮੇਸ਼ਾ ਦਾ ਇਹ ਮੰਨਣਾ ਹੁੰਦਾ ਜਿਹਦਾ ਵੀਜ਼ਾ ਨਹੀਂ ਆਇਆ ਉਹਦੇ ਲਈ ਮੈਂ ਕੀ ਕਿੱਥੇ ਲਾਈ ਕਰਦਾ ਉਹਦੇ ਲਈ ਕਿੱਥੇ ਹੈ ਬਟ ਹਾਂ ਇੱਕ ਸਿੱਧੀ ਗਾਰੰਟੀ ਅਸੀਂ ਹਮੇਸ਼ਾ ਜਰੂਰ ਦਿੰਦੇ ਆ ਤੁਹਾਡੀ ਫਾਈਲ 'ਚ ਕਿਸੇ ਰਹੀ ਕਮੀ ਨਹੀਂ ਛੱਡਾਂਗੇ ਪੂਰਾ ਵਾਹ ਲਾ ਦਾਂਗੇ ਪੂਰੀ ਮਿਹਨਤ ਹਿੰਮਤ ਕਰ ਲਾਂਗੇ ਬਾਕੀ ਹਾਂ ਵੀਜ਼ਾ ਪਰਮਾਤਮਾ ਦੇ ਹੱਥ ਹੈਗਾ ਗਾਰੰਟੀ ਨਹੀਂ ਹੈਗੀ ਬਿਲਕੁਲ ਵੀ ਜੇ ਤੁਸੀਂ ਕਹੋਗੇ ਕਿ ਹਾਂ ਵੀ ਸ਼ੋਰ ਸ਼ੋਰ ਗਾਰੰਟੀ ਦੇ ਤਾਂਦਰ ਤੋਂ ਫਾਈਲ ਲਾਉਂਗਾ ਤੇ ਬਿਲਕੁਲ ਮਾਫੀ ਚਾਹਾਂਗੇ ਉਸ ਚੀਜ਼ ਲਈ ਸੋ ਬਾਕੀ ਹੁਣ ਮੁੱਦੇ ਤੇ ਆਉਨੇ ਆ ਜਿਹੜਾ ਅੱਜ ਦਾ ਬਹੁਤ ਇੰਪੋਰਟੈਂਟ ਮੁੱਦਾ ਵਾ ਬਹੁਤ سارے ਬੱਚੇ ਨੇ ਟਾਈਮਲੀ ਫਾਈਲ ਲਾਈਆਂ ਤੇ ਬਿਲਕੁਲ ਫੈਬਰਵਰ ਚ ਫਾਈਲ ਲਾਉਣੀ ਬਹੁਤ ਵਧੀਆ ਟਾਈਮ ਸੀਗਾ ਕਿ ਜੇ ਆਪਾਂ ਫੈਬਰਵਰ ਚ ਫਾਈਲ ਲਾਤੀ ਆ ਤੇ ਮਾਰਚ ਚ ਫਾਈਲ ਲਾਤੀ ਕਿ ਆਪਾਂ ਵੀਜ਼ਾ ਦੀ ਉਮੀਦ ਕਰ ਸਕਦੇ ਸੀਗੇ ਬਟ ਉਮੀਦ ਵੀ ਇਹੀ ਕੀਤੀ ਜਾ ਰਹੀ ਸੀ ਕਿ ਹਾਂ ਵੱਧ ਤੋਂ ਵੱਧ ਫਾਈਲਾਂ ਕਲੀਅਰ ਹੋ ਜਾਣਗੀਆਂ ਬਟ ਜੋ ਅੱਜ ਦੀ ਸਚਾਈ ਹੈਗੀ ਆ ਬਹੁਤ ਸਾਰੇ ਵੱਡੇ ਨੰਬਰਸ ਦੇ ਵਿੱਚ ਫਾਈਲਾਂ ਐਮਬੈਸੀ ਦੇ ਵਿੱਚ ਆ ਨਾ ਚਾਹੰਦੇ ਹੋਏ ਵੀ ਨਾ ਚਾਹੰਦੇ ਹੋਏ ਵੀ ਬੱਚਿਆਂ ਦੇ ਇਨਟੇਕ ਮਿਸ ਹੋਣ ਦਾ ਖਤਰਾ ਮੰਡਾ ਰਿਹਾ ਕਿਉਂਕਿ ਰੀਜ਼ਨ ਉਹਦੇ ਪਿੱਛੇ ਬਹੁਤ ਹੈਗੇ ਰੀਜ਼ਨ ਉਹਦੇ ਪਿੱਛੇ ਕੀ ਹੈਗਾ ਕਾਲਜਸ ਹੁਣ ਆਨਲਾਈਨ ਕਲਾਸਿਸ ਵੀ ਸਾਰੇ ਕਾਲਜਸ ਨਹੀਂ ਦੇ ਰਹੇ ਜੇ ਦੇ ਰਹੇ ਆ ਤੇ ਆਨਲਾਈਨ ਕਲਾਸ ਜੇ ਉਹਨਾਂ ਦੀਆਂ ਰਿਫੰਡ ਪਾਲਿਸੀ ਫੇਵਰ 'ਚ ਨਹੀਂ ਹੈਗੀਆਂ ਸੋ ਬੱਚੇ ਤਾਂ ਬਿਲਕੁਲ ਨਾ ਲਾ ਜਿੱਥੇ ਪੈਸਾ ਦਾ ਰਿਸਕ ਆ ਉਹ ਆਨਲਾਈਨ ਕਲਾਸਿਸ ਸੇ ਬਿਲਕੁਲ ਵੀ ਬੱਚਾ ਨਾ ਲਾਵੇ ਜੇ ਹੈਗਾ ਵਾ ਫੇਵਰ ਦੇ ਵਿੱਚ ਹੈਗਾ ਤਾਂ ਆਨਲਾਈਨ ਕਲਾਸਿਸ ਲਾਓ ਤੇ ਜਿਹੜੀ ਹਜ ਅੱਜ ਟ੍ਰੈਂਡ ਦੀ ਜਦੋਂ ਬੱਚੇ ਹਮਨ ਪੁੱਛ ਰਹੇ ਆ ਟ੍ਰੈਂਡ ਹਮੇਸ਼ਾ ਹੀ ਵਧੀਆ ਚੱਲਦਾ ਬੱਤ ਤੁਹਾਡੇ ਨਾਲ ਕੀ ਹੋਇਆ ਤੁਹਾਡੀ ਪ੍ਰੋਫਾਈਲ ਤੇ ਕੀ ਉਹ ਚੀਜ਼ ਹਮੇਸ਼ਾ ਜ਼ਿਆਦਾ ਮੈਟਰ ਕਰਦੀ ਆ ਨਾਨ ਐਸ ਜੀ ਦਾ ਇੱਕ ਪਿੱਛੇ ਜੇ ਦੌਰ ਆਇਆ ਸੀਗਾ ਜਦੋਂ ਕਿ 24 24 ਘੰਟੇ ਜਿਹੜੇ ਫਿਊਜ਼ ਹੋਇਆ ਤੇ ਹੁਣ ਨਾਨ ਐਸ ਜੀ ਦਾ ਦੌਰ ਹੈ ਕਿ 10 10 15 ਦਿਨ ਦੇ ਹਫ਼ਤੇ ਦੇ ਵਿੱਚ ਵੀ ਬੱਚੇ ਰਿਜ਼ਲਟ ਲੈਣ ਚ ਕਾਮਯਾਬ ਹੋ ਰਹੇ ਓ ਤੇ ਦਾ ਮਤਲਬ ਇਹ ਨਹੀਂ ਆਪਾਂ ਨਾਨ ਐਸ ਜੀ 'ਚ ਫਾਈਲਸ ਲਾ ਦੀਏ ਕਿ ਹੁਣ ਨਾਨ ਐਸ ਜੀ 'ਚ ਵੀਜ਼ਾ ਆਉਣੇ ਐ ਐਸ ਡੀ ਐਸ ਨੂੰ ਨਹੀਂ ਆਉਣੇ ਤੇ ਬਾਕੀ ਗੱਲ ਰਹੇਗੀ ਉਮੀਦ ਦੀ ਉਮੀਦ ਤਾਂ ਹਮੇਸ਼ਾ ਹੀ ਰੱਖਣੀ ਚਾਹੀਦੀ ਹੈ ਉਮੀਦ ਤਾਂ ਹਮੇਸ਼ਾ ਹੀ ਤੁਹਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਕਿ ਸਵੇਰੇ ਉੱਠੀ ਹੈ ਮੇਲ ਆਈ ਹੋਵੇ ਕਿ ਤੁਹਾਡਾ ਜੀਸੀਕੇ ਦਾ ਸਟੇਟਸ ਅਪਡੇਟ ਹੋਇਆ ਤੇ ਬਿਲਕੁਲ ਸਾਡੀ ਹਰ ਬੱਚੇ ਲਈ ਪਰਮਾਤਮਾ ਤੋਂ ਇਹੀ ਅਰਦਾਸ ਹੁੰਦੀ ਹੈ ਕਿ ਬੱਚੇ ਦਾ ਰਿਜ਼ਲਟ ਆਵੇ ਤੇ ਬਾਕੀ ਜਿਹਦਾ ਹੁਣ ਮੇਰੀ ਸੋਚ ਇੱਕ ਹੋਰ ਹੁੰਦੀ ਹੈ ਕਿ ਹਾਂ ਰਿਜ਼ਲਟ ਪਾਵਾ ਥੋੜਾ ਡਿਲੇ ਆ ਜੇ ਪੋਜ਼ਿਟਿਵ ਰਿਜ਼ਲਟ ਸਟੂਡੈਂਟ ਦੇ ਫੇਵਰ ਚ ਆਵੇ ਤੇ ਟਾਈਮ ਕੰਪੋਜ਼ਿਟ ਹੋ ਜਾਂਦਾ ਤੇ ਸਟੂਡੈਂਟ ਕਈ ਜਿਹੜੀ ਜ਼ਿਆਦਾ ਮੇਨ ਵੱਡਾ ਪਰੇਸ਼ਾਨੀ ਦਾ ਰੀਜ਼ਨ ਹੈਗਾ ਕਈ ਬੱਚੇ ਨੂੰ ਸਪਟੰਬਰ ਇਨਟੇਕ ਮਿਲ ਰਿਹਾ ਸੋ ਮੈਨੂੰ ਨਹੀਂ ਲੱਗਦਾ ਕੋਈ ਡਰਨ ਦੀ ਲੋੜ ਆ ਦੋ ਤਿੰਨ ਮਹੀਨੇ ਆ ਸੋ ਇਹ ਈਜ਼ੀਲੀ ਕੰਪੋਜ਼ਿਟ ਹੋ ਸਕਦਾ ਬਟ ਮੇਨ ਕਨਸਰਨ ਉਹਨਾਂ ਦਾ ਹੈਗਾ ਜਿਹੜੇ ਬੱਚੇ ਨੂੰ ਜਨੂਅਰੀ 23 ਮਿਲ ਰਿਹਾ ਸੋ ਅਪ੍ਰੈਲ ਦੇ ਵਿੱਚ ਨਾ ਸੁਣਨ ਨਹੀਂ ਹੁੰਦਾ ਯਾਰ ਪੂਰਾ ਸਾਲ ਕਿੱਦਾਂ ਗੱਡਾਂਗੇ ਤੇ ਮੇਰੀ ਹਰ ਬੱਚੇ ਨੂੰ ਇਹੀ ਐਡਵਾਈਸ ਆ ਕੀ ਐਸ ਵਾਰੀ ਇੱਥੇ ਤੁਸੀਂ ਸੋਚ ਸਮਝ ਕੇ ਡਿਸੀਜਨ ਲੈਣਾ ਕਈ ਬੱਚੇ ਨਾ ਸੋਚ ਰਹੇ ਕਿ ਵਿਡਰੋਅਲ ਕਰ ਲਈ ਅਸੀਂ ਨਹੀਂ ਜਾਣਾ ਕੈਨੇਡਾ ਬਟ ਕੁਈ ਫਰਕ ਨਹੀਂ ਪੈਣਾ ਕੈਨੇਡਾ ਨੂੰ ਜੇ ਫਾਈਲਾਂ ਤੁਸੀਂ પેટ્રોલ ਕਰਦੇ ਆ ਜਾਂ ਕੁਝ ਕਰਦੇ ਆ ਜਾਂ ਕੰਟਰੀ ਚੇਂਜ ਕਰਦੇ ਆ ਬਟ ਮੈਟਰ ਤੁਹਾਡੇ ਫਿਊਚਰ ਦਾ ਮੈਟਰ ਤੁਹਾਡੀ ਜ਼ਿੰਦਗੀ ਦਾ ਵਾ ਸੋ ਮੈਂ ਕਹਿੰਦਾ ਇਸ ਚੀਜ਼ ਨੂੰ ਵੀ ਪੋਜ਼ਿਟਿਵ ਲੈਂਦੇ ਹੋਏ ਜੇ ਜ਼ਿਆਦਾ ਟਾਈਮ ਲੱਗਦਾ ਹੈ ਤੇ ਇਸ ਟਾਈਮ ਨੂੰ ਯੂਟਿਲਾਈਜ਼ ਕਰਨ ਵਾਲੇ ਫੋਕਸ ਕਰਨਾ ਚਾਹੀਏ ਇੰਡੀਆ ਦੇ ਵਿੱਚ ਸ਼ਾਰਟ ਕੋਰਸ ਲੈ ਲਓ ਕੋਈ ਟੈਕਨੀਕਲ ਕੋਰਸ ਲੈ ਲਓ ਕੁਝ ਐਕਸਟਰਾ ਆਪਣੀ ਲੈਂਗੁਏਜ ਜਿਹੜੀ ਕੈਨੇਡਾ ਦੀ ਸੈਕੰਡ ਲੈਂਗੁਏਜ ਫ੍ਰੈਂਚ ਆ ਉਹਦੇ ਤੇ ਵਰਕਆਊਟ ਕਰ ਲਓ ਕਿ ਜਦੋਂ ਵੀ ਆਪਾਂ ਕੈਨੇਡਾ ਜਾਈਏ ਆਪਾਂ ਸੈਕੰਡ ਸਟੈਪ ਐਡਵਾਂਸ ਐਡਵਾਂਸਮੈਂਟ ਆਹ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਮੇਰੀ ਹਰ ਬੱਚੇ ਨੂੰ ਇਹੀ ਐਡਵਾਈਸ ਹੈਗੀ ਆ ਬਾਕੀ ਜਿਹੜੀ ਉਮੀਦ ਹੈਗੀ ਆ ਖਾਸ ਤੌਰ ਤੇ ਚਾਂਸਸ ਘੱਟ ਲੱਗ ਰਿਹਾ ਕਿ ਜ਼ਿਆਦਾ ਜਿਹੜੀਆਂ ਫਾਈਲਸ ਲਗੀਆਂ ਐਮਬੈਸੀ ਦੇ ਵਿੱਚ ਮਈ ਇਨਟੇਕ ਦੇ ਵਿੱਚ ਹੁਣ ਟਾਈਮ ਰਹਿੰਦੇ ਹੋਏ ਕਿਉਂਕਿ ਅੱਧਾ April ਤਾਂ ਆਪਾਂ ਕ੍ਰੋਸ ਕਰ ਚੁੱਕੇ ਆਂ ਸੋ ਚਾਂਸਸ ਘੱਟ ਲੱਗ ਰਹੇ ਆ ਕਿਉਂਕਿ ਪਾਸਪੋਰਟ ਸਟੈਂਪਿੰਗ ਨੂੰ 10 ਤੋਂ 15 ਦਿਨ ਲੱਗ ਜਾਂਦੇ ਆ ਸੋ ਜਿਹੜੀਆਂ ਕਲਾਸਿਸ ਕਈ ਜਿਹੜੀਆਂ ਕਾਲਜੇਜ਼ ਦੀਆਂ ਸਟਾਰਟ ਆਉ ਸੈਕੰਡ ਆਫ ਮਈ ਨੂੰ ਸਟਾਰਟ ਹੈਗੀਆਂ ਸੋ ਕੈਚ ਕਰਨਾ ਬਹੁਤ ਬਹੁਤ ਚੈਲੈਂਜਿੰਗ ਹੋਏਗਾ ਬਟ ਨਾਲ ਦੀ ਨਾਲ ਉਸ ਤੋਂ ਵੱਡਾ ਚੈਲੰਜ ਵੀ ਕੀ ਹੈਗਾ ਵਾ ਚਾਹੇ ਸਪਟੰਬਰ ਇਨਟੇਕ ਹੋਵੇ 22 ਜਾਂ ਜਨਵਰੀ 23 ਹੋਵੇ ਸੀਟ ਰਿਜ਼ਰਵ ਕਰਾਉਣੀ ਸਭ ਤੋਂ ਵੱਡਾ ਚੈਲੰਜ ਆ ਇੰਡੀਆ ਤੋਂ ਜੇ ਤੁਸੀਂ ਕਾਲਜ ਚੇਂਜ ਕਰਦੇ ਹੋ ਤੇ ਫਾਈਲ ਵੀਜ਼ ਤੁਸੀਂ ਐਂਡ ਤੁਹਾਨੂੰ ਟਰੈਵਲ ਨਹੀਂ ਕੀਤਾ ਜਾਊਗਾ ਹਾਂ ਕੋਰਸ ਚੇਂਜ ਕਰਦੇ ਆ ਪਰਫੈਕਟਲੀ ਫਾਈਨ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਟਰੈਵਲ ਕਰਨ ਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤੋ ਮੈਂ ਸਟੂਡੈਂਟ ਨੂੰ ਕਹਾਂਗਾ ਉਮੀਦ ਨਹੀਂ ਛੱਡਣੀ ਉਮੀਦ ਪੂਰੀ ਰੱਖਣੀ ਆ ਬਟ ਜੇ ਨਹੀਂ ਆਉਂਦਾ ਆ ਜਿਹੜੇ ਤੁਹਾਨੂੰ ਹੋਰ ਰਾਸਤੇ ਦੱਸੇ ਆ ਇਹਨਾਂ ਦੇ ਵੀ ਜੇ ਤੁਰਨਾ ਪਵੇ ਤੇ ਦਲੇਰੀ ਨਾਲ ਤੁਰਨਾ ਹਿੰਮਤ ਨਹੀਂ ਛੱਡਣੀ ਸੋ ਰੱਬ ਦਾ ਪਾਣਾ ਮੰਨ ਕੇ ਕਿ ਕੋਈ ਕਿਸੇ ਦੇ ਹੱਥ ਨਹੀਂ ਹੈਗਾ ਕਿਸੇ ਦੇ ਹੱਥ ਚ ਇਨੀ ਪਾਵਰ ਨਹੀਂ ਹੈਗੀ ਕਿ ਤੁਹਾਡਾ ਵੀਜ਼ਾ ਉਹ ਛੇਤੀ ਕਰਾ ਦੇਵੇ ਕਿ ਹਾਂ ਵੀ ਛੇਤੀ ਆ ਜਾਵੇ ਸੋ ਅੱਜ ਦੇ ਦੌਰ ਚ ਹੋ ਰਿਹਾ ਸੋ ਯੂ ਨੇਵਰ ਨੋ ਅਜੇ ਨਾਨ ਐਸ ਡੀ ਐਸ ਵਾਲੇ ਤੇਜ ਹੋਏ ਹੋ ਸਕਦਾ ਜਿੱਦਾਂ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਤੇ ਤੁਹਾਡਾ ਵੀਜ਼ਾ ਆ ਚੁੱਕਾ ਹੋਵੇ ਸੋ ਯੂ ਨੈਵਰ ਨੋਗੇ ਇੰਡਿਆਨਾ ਸ਼ੇਤੀ ਤੋਂ ਚਲਦੀ ਹੁੰਦਾ ਬਾਕੀ ਸਾਡੀਆਂ ਵੈਸ ਵਿਸ਼ੇ ਸਾਡੀਆਂ ਅਰਦਾਸਾਂ ਹਰ ਬੱਚੇ ਦੇ ਨਾਲ ਆ ਜਿਹੜੇ ਵੀ ਬੱਚੇ ਜੁੜਦੇ ਆ ਕੀਮਤੀ ਸਮਾਂ ਕੱਢ ਕੇ ਇਹ ਸ਼ੋਅ ਤੇ ਵਿੱਚ ਜੁੜਦੇ ਆ ਤੁਹਾਡਾ ਵੀ ਕੋਈ ਸਵਾਲ ਹੈਗਾ ਤੇ ਜਰੂਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਲੈ ਤੁਸੀਂ ਆਪਣਾ ਜਰੂਰ ਸ਼ੇਅਰ ਕਰੋ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਤੇਰੇ ਜੀ ਸੋ 8557885578 ਤੇ ਸਾਰੇ ਵਿਦਿਆਰਥੀ ਜ਼ਰੂਰ ਸੰਪਰਕ ਕਰਕੇ ਕਲੈਰਿਟੀ ਲੈਂਡ ਕੋਈ ਵੀ ਕਨਫਿਊਜ਼ਨ ਆ ਇੱਕ ਛੋਟਾ ਦਾ ਸਵਾਲ ਹੋਰ ਅਖੀਰ ਚ ਲੈਣਾ ਚਾਹੂੰਗਾ ਹੁਣ ਵਿਦਿਆਰਥੀ ਅਗਲੇ ਇਨਟੇਕਸ ਦੇ ਵਿੱਚ ਤਾਂ ਅਪਲਾਈ ਕਰ ਦੇਣ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਹਜੇ ਤੱਕ ਅਪਲਾਈ ਨਹੀਂ ਕੀਤਾ ਉਹਨਾਂ ਲਈ ਸੈਪਟੈਂਬਰ ਜਨੂਰੀ ਕਿਹੜਾ ਇਨਟੇਕ ਉਹ ਪ੍ਰੈਫਰ ਕਰਨ ਆ ਬਿਲਕੁਲ ਸਰ ਐਸ ਸੂਨ ਐਸ ਪੋਸੀਬਲ ਮੈਂ ਤਾਂ ਕਹਾਂਗਾ ਕਿ ਜੇ ਤਾਂ ਅੱਜ ਦੀ ਡੇਟ ਜਦੋਂ ਦਾ ਅੱਜ ਦਾ ਦੌਰ ਬਾਕੀ ਉਮੀਦ ਤਾਂ ਹੀ ਕੀਤੀ ਜਾ ਰਹੀ ਹੈ ਕਿ ਜਿਹੜਾ ਸੈਪਟੈਂਬਰ ਇਨਟੇਕ ਦੇ ਰਿਜ਼ਲਟਸ ਆ ਨਾ ਬੈਕਲੌਗ ਨਾ ਰਵੇ ਕਿਉਂਕਿ ਰੀਜ਼ਨ ਵੀ ਉਹਦੇ ਪਿੱਛੇ ਆ ਕਿਉਂਕਿ ਆਨਲਾਈਨ ਕਲਾਸਿਸ ਦੀ ਫੈਸਿਲਿਟੀ ਸਿਰਫ 31 ਅਗਸਤ 2022 ਤੱਕ ਆ ਬਾਕੀ ਗੱਲ ਹਮੇਸ਼ਾ ਅਸੀਂ ਚੰਗਾ ਹੀ ਸੂਟਾ ਕਰਦੇ ਆ ਤੇ ਉਮੀਦ ਆ ਹਜੇ ਤਾਂ ਬਹੁਤ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਆ ਕਿਉਂਕਿ ਸਪਟੰਬਰਿੰਗ ਦੀਆਂ ਫਾਈਲਸ ਅਸੀਂ ਡੇਲੀ ਬੇਸਿਸ ਤੇ ਲਾ ਰਹੇ ਆ ਸੋ ਜਿਹੜੇ ਨਵੇਂ ਸਟੂਡੈਂਟ ਹੈਗੇ ਆ ਚਾਹੇ ਸਪਟੰਬਰ 22 ਹੋਵੇ ਚਾਹੇ ਜਨੂਅਰੀ 23 ਹੋਵੇ ਮੇਰੀ ਹਰ ਨਵੇਂ ਬੱਚੇ ਨੂੰ ਵੀ ਇਹੀ ਐਡਵਾਈਸ ਆ ਚਾਹੇ ਰੀਐਪਲਾਈ ਵਾਲੇ ਬੱਚੇ ਨੂੰ ਵੀ ਐਡਵਾਈਸ ਆ ਵੀਜ਼ਾ ਲੈਣਾ ਤੇ ਵੀਜ਼ਾ ਕਿਦਾਂ ਮਿਲਣਾ ਸਹੀ ਕੋਰਸ ਨੂੰ ਮਿਲਣਾ ਸੇ ਇਨਟੇਕ ਦੇ ਕਰਕੇ ਆਪਾਂ ਕਰ ਲਿਆ ਕਿ ਯਾਰ ਮੈਂ ਇਸ ਇਨਟੇਕ 'ਚ ਜਾਣਾ ਕੋਈ ਨਹੀਂ ਕੰਪਰਮਾਈਜ਼ ਕਰ ਲੇ। ਤੋਂ ਵੀਜ਼ਾ ਰਿਫਿਊਜ਼ ਹੁੰਦੇ ਦੇਖੇ ਜਿਹੜਾ ਸਾਥ-ਸਾਥ ਬੈਂਡ ਆਪਾਂ ਕਰੀ ਦੇਖ ਲਏ ਨੇ ਲਾਈਵ ਸ਼ੋਅ 'ਚ ਆਏ ਸਾਥ-ਸਾਥ ਬੈਂਡ ਵਾਲੇ ਬੱਚੇ ਰਿਫਿਊਜ਼ ਹੋ ਰਹੇ ਕਿੱਦਾਂ ਰਿਫਿਊਜ਼ ਹੋ ਰਹੇ। ਬਟ ਕਦੀ ਇਹ ਨਹੀਂ ਸੋਚਿਆ ਇਕੱਲੇ ਬੈਂਡ ਦੇ ਆਧਾਰ 'ਤੇ ਵੀਜ਼ਾ ਨਹੀਂ ਉਹਦਾ ਟਾਈਮ ਨਿਕਲ ਚੁੱਕਾ ਵਾ ਤੇ ਉਸ ਬੱਚੇ ਨੇ ਕਦੀ ਪ੍ਰੋਫਾਈਲ ਨਹੀਂ ਕੋਈ ਡਿਸਕਸ ਕਰਦਾ ਜੇ ਕੋਈ ਤੁਹਾਡੀ ਵੀ ਗਰੁੱਪ ਚ ਬਣਿਆ ਹੋਣੇ ਸੱਤ ਬੈਂਡ ਸੀ ਬੱਚਾ ਰਿਫਿਊਜ਼ ਹੋ ਗਿਆ ਬਟ ਪੁੱਛ ਪੁੱਛੋ ਉਹਦੇ ਕੋਲ ਉਹਨੇ ਕੋਰਸ ਕਿਹੜਾ ਲਿਆ ਸੀ ਉਹਦਾ ਕਾਲਜ ਕਿਹੜਾ ਸੀ ਉਹਦੀ ਪ੍ਰੀਵੀਅਸ ਐਜੂਕੇਸ਼ਨ ਕੀ ਸੀਗੀ ਉਹਦੇ ਹੋਰ ਨੰਬਰ ਕੀ ਸੀਗੇ ਸੋ ਨੰਬਰ ਆਫ ਫੈਕਟਰਸ ਡਿਪੈਂਡ ਕਰਦੇ ਆ ਸਭ ਤੋਂ ਮੇਨ ਇੰਪੋਰਟੈਂਟ ਮੈਂ ਕਹਾਂਗਾ ਰੀਡ ਦੀ ਹੱਡੀ ਬੈਕਬੋਨ ਕੀ ਹੈਗਾ ਤੁਹਾਡਾ ਕੋਰਸ ਕੋਰਸ ਤੁਹਾਨੂੰ ਕਿਹੜੇ ਇੰਟੇਕ ਚ ਮਿਲਦਾ ਉਹ ਕੋਰਸ ਲਓ ਚਾਹੇ ਤੁਹਾਨੂੰ ਇੰਟੇਕ ਨਾਲ ਕੰਪਰੋਮਾਈਜ਼ ਕਰਨਾ ਪੈ ਜਾਵੇ ਸਟੇਟ ਨਾਲ ਪ੍ਰੋਵਿੰਸ ਨਾਲ ਕੰਪਰੋਮਾਈਜ਼ ਕਰਨਾ ਪੈ ਜਾਵੇ ਸ਼ਬਦ ਬਹੁਤ ਧੰਨਵਾਦ ਧੀਰਜ ਜੀ 8557885578 ਤੇ ਸਾਰੇ ਵਿਦਿਆਰਥੀ ਫੋਨ ਕਰਕੇ ਕਲੈਰਿਟੀ ਲੈਣ ਫਿਰ ਕੋਈ ਫੈਸਲਾ ਲੈਣ ਬਹੁਤ ਧੰਨਵਾਦ